ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬੜੇ ਹੀ ਸਤਿਕਾਰਯੋਗ ਬਜ਼ੁਰਗੋ, ਨੌਜਵਾਨ ਵੀਰੋ ਅਤੇ ਭੈਣੋ, ਆਪ ਜੀ ਦਾ ਇਸ ਪੀਸਫੁੱਲ ਪਾਰਮਰ ਪ੍ਰੋਟੈਸਟ 'ਤੇ ਆਉਣ 'ਤੇ ਮੈਂ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਆਪ ਆਪਣੇ ਕੰਮ ਕਾਰ ਛੱਡ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਦੇਸ਼ ਦੀ ਖਾਤਰ, ਸੱਚ ਦੀ ਲੜਾਈ, ਜੋ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਆਏ ਹੋ, ਆਪ ਜੀ ਦੇ ਹੌਂਸਲੇ ਅੱਗੇ, ਆਪ ਜੀ ਦੇ ਇਸ ਜਜ਼ਬਾਤਾਂ ਅੱਗੇ ਮੇਰਾ ਬੜੇ ਸਤਿਕਾਰ ਨਾਲ ਸੀਸ ਝੁਕਦਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਬਾਲਾ ਜੀ ਅਤੇ ਮਰਦਾਨਾ ਜੀ ਜਾ ਰਹੇ ਸਨ। ਦੇਖਣ ਵਾਲਿਆਂ ਨੇ ਕਿਹਾ, ਉਹ ਦੇਖੋ ਇੱਕ ਹਿੰਦੂ ਅਤੇ ਇੱਕ ਮੁਸਲਮਾਨ ਜਾਂਦਾ। ਹਾਂ ਬਈ ਹਾਂ, ਇਹ ਤਾਂ ਅੱਲਾ ਦੇ ਨਾਲ ਭਗਵਾਨ ਜਾਂਦਾ, ਵੰਡਣ ਲਈ ਗਿਆਨ ਮਨੁੱਖਤਾ ਨੂੰ ਅੱਜ ਗੀਤਾ ਦੇ ਨਾਲ ਕੁਰਾਨ ਜਾਂਦਾ। ਸਾਹਿਬ ਨੇ ਛੱਡਿਆ ਹੈ ਪਰਿਵਾਰ ਜਹਾਨ ਖਾਤਰ, ਅੱਜ ਸਾਹਿਬ ਨਾਲ ਸਾਰਾ ਜਹਾਨ ਜਾਂਦਾ। ਸਤਿਗੁਰਾਂ ਨੇ ਬਾਬਰ ਨੂੰ ਜਾਬਰ ਕਿਹਾ, ਹੱਕ ਸੱਚ ਲਈ ਹਮੇਸ਼ਾ ਸਤਿਗੁਰਾਂ ਨੇ ਆਵਾਜ਼ ਉਠਾਈ, ਕਿਸ ਤਰ੍ਹਾਂ ਲੜਨਾ ਸਾਨੂੰ ਦੱਸਿਆ। ਸੋ ਸਤਿਗੁਰਾਂ ਦੇ ਪੂਰਨੇ ਜੋ ਸਤਿਗੁਰਾਂ ਨੇ ਸਾਨੂੰ ਸਿਖਾਏ, ਉਹਨਾਂ ਦੇ ਪੂਰਨੇ ਪਾਉਂਦੇ ਹੋਏ, ਉਹਨਾਂ ਦੇ ਉਪਦੇਸ਼ ਨੂੰ ਮੰਨਦੇ ਹੋਏ, ਜੋ ਸਮੁੱਚੀ ਜੋ ਮਾਨਖਤਾ ਹੈ ਪੂਰੇ ਦੇਸ਼ ਦੇ ਵਿੱਚੋਂ, ਪੂਰੇ ਵਿਸ਼ਵ ਦੇ ਵਿੱਚੋਂ, ਇਹ ਜੋ ਘਾਣ ਹੋ ਰਿਹਾ ਮਨੁੱਖਤਾ ਦਾ, ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਵਾਲੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਸੋ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਫਰਮਾਉਂਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਹੀ ਬਹੁਰ ਰੋਲ ਕਝੋਲਾ। ਸੋ ਜਿਹੜਾ ਮਾਇਆ ਕਈ ਤਰ੍ਹਾਂ ਦੀ ਹੁੰਦੀ ਹੈ, ਇੱਕ ਸੱਤਾ ਦਾ ਨਸ਼ਾ ਵੀ ਇੱਕ ਮਾਇਆ ਹੈ। ਇਹ ਸੱਤਾ ਦੇ ਨਸ਼ੇ ਦੇ ਵਿੱਚ ਜਿਹੜਾ ਹਾਕਮ ਹੁੰਦਾ ਹੈ ਉਹ ਅੰਨਾ ਹੋ ਜਾਂਦਾ, ਬੋਲਾ ਹੋ ਜਾਂਦਾ। ਉਸਨੂੰ ਜਿਹੜੀਆਂ ਇਹ ਆਪਣੇ ਦੇਸ਼ ਦੀ ਪ੍ਰਜਾ ਦੀਆਂ ਜੋ ਦੁੱਖ ਹਨ, ਉਹ ਭਾਵਨਾਵਾਂ ਨੂੰ ਉਹ ਸਮਝ ਨਹੀਂ ਸਕਦਾ, ਦੇਖ ਨਹੀਂ ਸਕਦਾ, ਸੁਣ ਨਹੀਂ ਸਕਦਾ। ਜੋ ਸਾਡੀ ਗੁਹਾਰ ਹੈ ਉਸਨੂੰ ਨਹੀਂ ਸੁਣਦਾ, ਸਾਡੇ ਦੁੱਖ ਨੂੰ ਉਹ ਦੇਖ ਨਹੀਂ ਸਕਦਾ। ਸੋ ਅਕਾਲ ਪੁਰਖ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਤਿੰਨੇ ਕਾਲੇ ਕਾਨੂੰਨ ਛੇਤੀ ਛੇਤੀ ਰੱਦ ਹੋਣ। ਅਮੈਰੀਕਾ ਕਹਿੰਦਾ ਹੈ ਕਿ ਜੇ ਰੱਬ ਨਾ ਕਰੇ ਧਰਤੀ ਦੇ ਥੱਲਿਓਂ ਤੇਲ ਨਿਕਲਣੋਂ ਹਟ ਜਾਵੇ ਤਾਂ ਸਾਡੇ ਦੇਸ਼ ਦੀਆਂ ਗੱਡੀਆਂ ਟਰਾਲੇ ਜਿਹੜੇ ਹਨ 100 ਸਾਲ ਤੱਕ ਇੱਦਾਂ ਹੀ ਚੱਲਣਗੇ। ਉਹ ਕਹਿ ਸਕਦੇ ਆ ਇਹ ਗੱਲ, ਕਿਉਂਕਿ ਉੱਥੇ ਦੀਆਂ ਕੰਟਰੀਆਂ, ਉੱਥੇ ਦੀਆਂ ਸਰਕਾਰਾਂ ਦੇਸ਼ ਵਾਸਤੇ ਜੋੜਦੀਆਂ ਨੇ, ਉਹ ਦੇਸ਼ ਦੀ ਪ੍ਰਜਾ ਵਾਸਤੇ ਸੋਰਸ ਜੋ ਹਨ ਉਹਨਾਂ ਨੂੰ ਇਕੱਠੇ ਕਰਕੇ ਰੱਖਦੀਆਂ ਨੇ। ਪਰ ਸਾਡੀਆਂ ਬਦਕਿਸਮਤੀਆਂ ਕਹਿ ਲਓ ਜਾਂ ਸਾਡੇ ਸਰਕਾਰਾਂ ਦੀਆਂ ਨਲੈਕੀਆਂ ਕਹਿ ਲਓ, ਕੁਛ ਕੁ ਪੂੰਜੀਪਤੀ ਜੋ ਹਨ ਘਰਾਣੇ ਅਤੇ ਇਹ ਜਿਹੜੀਆਂ ਸਰਕਾਰਾਂ ਮਿਲ ਕੇ ਜੋ ਆਪਣੇ ਹੀ ਢਿੱਡ ਭਰੀ ਜਾਂਦੀਆਂ ਹਨ, ਪ੍ਰਜਾ ਜੋ ਭੁੱਖੀ ਮਰ ਰਹੀ ਹੈ। ਆ ਕਰੋਨਾ ਕਾਲ ਦੇ ਵਿੱਚ ਬਾਹਰਲੀਆਂ ਕੰਟਰੀਆਂ ਨੇ ਇੰਨੀਆਂ ਕੁ ਸਹੂਲਤਾਂ ਦਿੱਤੀਆਂ, ਲੋਕ ਘਰਾਂ 'ਚ ਵੜੇ ਸਨ ਪਰ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ। ਸੋ ਇਸੇ ਤਰ੍ਹਾਂ ਆਪਣੇ ਦੇਸ਼ ਵਿੱਚ ਜੇ ਦੇਖਿਆ ਜਾਵੇ ਤਾਂ ਕਰੋਨਾ ਕਾਲ ਦੇ ਵਿੱਚ ਗੌਰਮੈਂਟਾਂ ਨੇ ਇੱਕ ਲਿਸਟਾਂ ਬਣਾਤੀਆਂ, ਖਜ਼ਾਨੇ ਆਪਣੇ ਅਕਾਊਂਟ ਖੋਲ੍ਹ ਲਿਆ ਵੀ ਇਹਦੇ ਵਿੱਚ ਜਮ੍ਹਾਂ ਕਰਵਾਓ, ਇਹਨਾਂ ਅਕਾਊਂਟਾਂ ਵਿੱਚ, ਇਹਨਾਂ ਫੰਡਾਂ ਦੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਵਾਓ, ਕਿ ਦੇਸ਼ ਨੂੰ ਬਹੁਤ ਲੋੜ ਹੈ। ਜਿੱਥੇ ਸਰਕਾਰ ਨੇ ਸਾਡੀ ਹੈਲਪ ਕਰਨੀ ਸੀ ਉਹ ਉਲਟਾ ਆਪਣੇ ਦੇਸ਼ ਵਾਸੀਆਂ ਤੋਂ ਮੰਗ ਰਹੀ ਹੈ। ਪਰ ਹੁਣ ਬਿਨਾਂ ਮੰਗੇ ਜਿਹੜੇ 3 ਕਾਨੂੰਨ ਸਾਡੇ 'ਤੇ ਥੋਪੇ ਜਾ ਰਹੇ ਨੇ, ਆਪਾਂ ਇਹ ਕਾਨੂੰਨ ਮੰਗੇ ਹੀ ਨਹੀਂ। ਸਾਡੀ ਕੋਈ ਇਹ ਲੜਾਈ ਨਹੀਂ ਹੈਗੀ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਅਸੀਂ ਜਦ ਕਾਨੂੰਨ ਮੰਗੇ ਹੀ ਨਹੀਂ ਹਨ, ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਨਹੀਂ ਚਾਹੀਦੇ। ਕਿਸੇ ਬੰਦੇ ਨੂੰ ਸ਼ੂਗਰ ਹੋਵੇ, ਆਪਾਂ ਕਹੀਏ ਮਿੱਠਾ ਖਾ ਲਾ, ਜਲੇਬੀਆਂ ਖਾ ਲਾ, ਉਹ ਕਹਿੰਦਾ ਨਹੀਂ ਮੈਨੂੰ ਤਾਂ ਸ਼ੂਗਰ, ਆਪਾਂ ਧੱਕੇ ਨਾ ਕਹੀਏ ਜੇ ਖਾ ਲਾ। ਸਾਡੇ ਨਾਲ ਉਹ ਗੱਲ ਹੋ ਰਹੀ ਹੈ ਕਿ ਤਿੰਨੇ ਕਾਨੂੰਨ ਜਿਹੜੇ ਸ਼ੂਗਰ ਦੀ ਤਰ੍ਹਾਂ, ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਇਹ ਕਾਨੂੰਨ ਜਿਹੜੇ ਜਲਦੀ ਤੋਂ ਜਲਦੀ ਸਰਕਾਰਾਂ ਵਾਪਸ ਕਰਨ ਅਤੇ ਆਪ ਦੇ ਬੁਲੰਦ ਹੌਂਸਲੇ ਅੱਗੇ, ਆਪ ਦੇ ਇਕੱਠ ਦੇ ਅੱਗੇ ਇਹ ਸਰਕਾਰਾਂ ਨੂੰ ਝੁਕਣਾ ਪਵੇਗਾ, ਤਿੰਨੇ ਕਾਨੂੰਨ ਜੋ ਹਨ ਰੱਦ ਹੋਣਗੇ। ਸੋ ਮਿੱਤਰੋ, ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ। ਮੇਰੇ ਜਿਤਨੇ ਵੀ NRI ਵੀਰ, ਜਿਤਨੇ ਵੀ ਪਿੰਡਾਂ ਵਿੱਚ ਸੰਗਤਾਂ ਬੈਠੀਆਂ ਹਨ, ਉਹਨਾਂ ਦਾ ਧੰਨਵਾਦ ਹੈ ਕਿ ਉਹ ਰੋਜ਼ ਸਵੇਰੇ ਸ਼ਾਮ ਆਪਣੀਆਂ ਚੜ੍ਹਦੀਆਂ ਕਲਾਂ ਦੀਆਂ ਅਰਦਾਸਾਂ ਕਰਦੀਆਂ ਹਨ, ਤਿੰਨੇ ਕਾਨੂੰਨ ਰੱਦ ਕਰਵਾਉਣ ਵਾਸਤੇ ਅਰਦਾਸਾਂ ਕਰਦੀਆਂ ਹਨ। ਸੋ ਆਪਾਂ ਇਹ ਤਿੰਨੇ ਕਾਨੂੰਨ ਰੱਦ ਕਰਵਾ ਕੇ ਹੀ ਆਪਣੇ ਘਰਾਂ ਨੂੰ ਮੁੜਨਾ ਹੈ। ਆ ਪਿੱਛੇ ਜੇ ਕੈਨੇਡਾ ਦੇ ਇੰਨੇ ਕੁ ਵੀਜ਼ੇ ਲੱਗੇ, ਸਾਰਿਆਂ ਨੇ 10-10 ਸਾਲ ਦੇ ਵੀਜ਼ੇ ਲਗਵਾ ਲਏ ਅਤੇ ਉਹਨਾਂ ਨੇ ਆਪਣੇ ਕੰਮ ਛੱਡ ਕੇ ਅਤੇ ਲੱਖ ਰੁਪਏ ਦੀਆਂ ਟਿਕਟਾਂ ਲੈ ਕੇ ਵੀ ਉਹ ਜਾ ਕੇ ਆਏ। 6-6 ਮਹੀਨੇ ਦੀਆਂ ਐਂਟਰੀਆਂ ਮਿਲਦੀਆਂ ਸੀ, ਕਹਿੰਦੇ ਕੋਈ ਨਹੀਂ ਇੰਡੀਆ ਨੂੰ ਮੁੜ ਕੇ ਆ ਕੇ ਫਿਰ 6 ਮਹੀਨੇ ਰਹਿ ਕੇ ਜਾਵਾਂਗੇ। ਸੋ ਇਹ ਉਹ ਕੌਮ ਹੈ ਜਿਹੜੀਆਂ ਪ੍ਰਦੇਸ਼ਾਂ ਵਿੱਚ ਜਾ ਕੇ ਵੀ ਚੜ੍ਹਦੀਆਂ ਕਲਾਂ ਦੇ ਉੱਥੇ ਜਾ ਕੇ ਜਕਾਰੇ ਲਾਉਂਦੇ ਹਨ ਅਤੇ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਥਾਂ ਥਾਂ ਮਹਾਰਾਜ ਦੀ ਚੜ੍ਹਦੀ ਕਲਾ ਹੈ ਅਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ। ਸੋ ਇਸੇ ਤਰ੍ਹਾਂ ਅਸੀਂ ਆਪਣਾ ਇਹ ਸਾਜ ਸਮਝੀਏ ਕਿ ਜਿਸ ਤਰ੍ਹਾਂ ਅਸੀਂ ਵੀਜ਼ੇ ਲੱਗ ਜਾਂਦੇ ਹਨ ਅਤੇ ਘਰ ਦੇ ਸਾਰੇ ਪ੍ਰਬੰਧ ਵੀ ਹੋ ਜਾਂਦੇ ਹਨ, ਟਿਕਟਾਂ ਦੇ ਵੀ ਸਾਡੇ ਪ੍ਰਬੰਧ ਹੋ ਜਾਂਦੇ ਹਨ। ਸੋ ਵੀਰੋ, ਜਿਹੜੇ ਜੇ ਪਿੰਡਾਂ ਵਿੱਚ ਬੈਠੇ ਹੋ, ਵਾਰੀਆਂ ਬਣਾਈਏ, ਵਾਰੋ ਵਾਰੀ ਆਪਾਂ ਆਈਏ
ਜਦੋਂ ਇਹ ਤਿੰਨੇ ਕਾਨੂੰਨ ਰੱਦ ਹੋ ਗਏ ਆਪਾਂ ਇੱਥੋਂ ਜਾਵਾਂਗੇ ਸਮਝ ਲਓ ਸਾਡੀ ਇੱਥੇ ਹੀ ਕੈਨੇਡਾ ਆ ਤੇ ਜੇ ਕਦੇ ਤਿੰਨ ਕਾਨੂੰਨ ਨਾ ਰੱਦ ਹੋਏ ਆਪਾਂ ਨਾ ਆਏ ਆਪਣੇ ਜ਼ਮੀਰ ਨੂੰ ਜੇ ਨਾ ਜਗਾਇਆ ਤਾਂ ਇਹ ਤਿੰਨੇ ਕਾਨੂੰਨ ਸੀ ਉਹ ਆਪਾਂ ਨੂੰ ਫੇਰ ਲੈ ਬੈਣਗੇ ਆਉਣ ਵਾਲੀਆਂ ਨਸਲਾਂ ਸਾਨੂੰ ਮਾਫ ਨਹੀਂ ਕਰਨਗੀਆਂ ਤੇ ਇਹ ਜਿਹੜੇ ਮਜ਼ਦੂਰ ਹਨ ਉਹ ਵੀ ਰਗੜੇ ਜਾਣਗੇ ਸੋ ਇਸ ਲਈ ਵੀਰੋ ਆਪਾਂ ਸਾਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਇਹ ਕਾਨੂੰਨ ਰੱਦ ਕਰਵਾਉਣੇ ਹਨ ਇੱਥੇ ਹਾਜ਼ਰੀ ਭਰਨੀ ਆ ਸਮਝ ਲਓ ਸਾਡਾ ਕੈਨੇਡਾ ਦਾ ਵੀਜ਼ਾ ਹੀ ਆ ਅਤੇ ਚੜ੍ਹਦੀ ਕਲਾ ਵਾਸਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਹਾਜ਼ਰੀ ਭਰੀਏ ਹੱਕ ਸੱਚ ਦੀ ਆਵਾਜ਼ ਲਈ ਖੜੀਏ ਆਪਣੇ ਜ਼ਮੀਰ ਨੂੰ ਜਗਾਈਏ ਸੋ ਬੋਲਦਿਆਂ ਵਿਚਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਮੈਂ ਖਿਮਾਰਾ ਜਾ ਚੁੱਕਿਆ ਹਾਂ ਅਤੇ ਮੈਂ ਆਪਣੇ ਮੀਡੀਆ ਦੇ ਵੀਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਆਪਣੀ ਇਹ ਹੱਕ ਸੱਚ ਦੀ ਆਵਾਜ਼ ਹਰ ਸਟੇਜਾਂ ਤੋਂ ਇਹ ਕਿਸਾਨੀ ਸਟੇਜਾਂ ਤੋਂ ਜੋ ਦੁਨੀਆ ਦੇ ਖੁੰਝੇ ਖੁੰਝੇ ਤੱਕ ਪਹੁੰਚਾਉਂਦੇ ਹਨ ਇਹ ਰੀੜ੍ਹ ਦੀ ਹੱਡੀ ਹਨ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਡੇ ਨਾਲ ਸ਼ਿਵਚਰਨ ਸਿੰਘ ਟੀਚਰ ਯੂਨੀਅਨ ਆਪਣੇ ਵਿਚਾਰ ਪੰਜ ਮਿੰਟ ਵਾਸਤੇ ਸਾਂਝੇ ਕਰਨਗੇ ਉਹਨਾਂ ਤੋਂ ਬਾਅਦ ਨਿਸ਼ਾਵਰ ਸਿੰਘ ਜ਼ਿਲ੍ਹਾ ਸਕੱਤਰ ਪਟਿਆਲਾ ਉਹ ਤਿਆਰ ਰਹਿਣ ਜੀ ਰੈਕੋਗਨੇਸ਼ਨ ਸਕੂਲ ਐਸੋਸੀਏਸ਼ਨ ਰਾਸਾ ਵੱਲੋਂ ਮੈਂ ਸਾਰੇ ਮਾਈ ਭਾਈ ਨੂੰ ਫਤਿਹ ਗਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮਾਈ ਭਾਈ ਨੂੰ ਸਲਾਮ ਕਰਦਾ ਹਾਂ ਕਿ ਤੁਸੀਂ ਐਡੀ ਮੁਸ਼ਕਤ ਦੇ ਵਿੱਚ ਇੰਨੀ ਮਿਹਨਤ ਦੇ ਵਿੱਚ ਕਰ ਰਹੇ ਹੋ ਔਰ ਇਹ ਮਤ ਸੋਚੋ ਕਿ ਲੋਕ ਤੁਹਾਡੇ ਵੱਲ ਨਹੀਂ ਹਨ ਲੋਕ ਪੰਜਾਬ ਦੇ ਸਾਰੇ ਹੀ ਤੁਹਾਡੇ ਪਿੱਛੇ ਬਹੁਤ ਹੀ ਜਜ਼ਬਾ ਲੈ ਕੇ ਖੜ੍ਹੇ ਨੇ ਮੈਂ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਮੇਰੇ ਨਾਲ ਇੱਕ ਮਿੱਤਰ ਜਾਣਾ ਚਾਹੁੰਦਾ ਸੀ ਅਤੇ ਉਹਨੇ ਆਪਣੇ ਕਿਸੇ ਸੀਨੀਅਰ ਕੋਲੋਂ ਛੁੱਟੀ ਮੰਗੀ ਅਤੇ ਕਹਿੰਦਾ ਜੀ ਮੈਂ ਛੁੱਟੀ ਕਹਿੰਦਾ ਕਿੱਥੇ ਜਾਣਾ ਕਹਿੰਦਾ ਦਿੱਲੀ ਜਾਣਾ ਕਹਿੰਦਾ ਮੇਰੇ ਧੰਨ ਭਾਗ ਤੇਰੀ ਛੁੱਟੀ ਮੈਂ ਪ੍ਰਵਾਨ ਕਰਾਂ ਮੇਰਾ ਕਹਿਣ ਤੋਂ ਭਾਵ ਕਿ ਜਿਹੜੇ ਲੋਕ ਇੱਥੇ ਨਹੀਂ ਵੀ ਆਏ ਉਹ ਵੀ ਇੰਨਾ ਜਜ਼ਬਾ ਲੈ ਕੇ ਬੈਠੇ ਨੇ ਕਿ ਕਦੋਂ ਸਾਨੂੰ ਮੌਕਾ ਮਿਲੇ ਕਿ ਅਸੀਂ ਉਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਈਏ ਸੋ ਭਾਵ ਇਕੱਲਾ ਇਕੱਲਾ ਜਿਹੜਾ ਇਨਸਾਨ ਹੈ ਇੱਥੇ ਡਟਿਆ ਬੈਠਾ ਤੋ ਸਭ ਨੂੰ ਪਤਾ ਹੈ ਕਿ ਇਹਦੇ ਵਿੱਚ ਕੀ ਹੈ ਕਾਨੂੰਨ ਨੁਕਸਾਨਦੇਹ ਨੇ ਇਹ ਚਾਹੁੰਦੇ ਨੇ ਕਿ ਪਬਲਿਕ ਜਿਹੜੀ ਉਹ ਭੁੱਖੀ ਮਰੇ ਅਤੇ ਇਹਨੂੰ ਸੋਚਣ ਦੀ ਮੌਕਾ ਹੀ ਨਾ ਮਿਲੇ ਇਹ ਲੋਕ ਕਿਸੇ ਪਾਸੇ ਵੀ ਨਾ ਨਿਕਲ ਸਕਣ ਸਿਰਫ ਆਪਣੀ ਜਿਹੜੀ ਉਹ ਸੋਚ ਉਸ ਨੂੰ ਸੀਮਿਤ ਕਰਨ ਮੈਂ ਨਹੀਂ ਮੰਨਦਾ ਕਿ ਆਪਣੀ ਜਿੱਤ ਨਾ ਆਵੇ ਕਿਉਂਕਿ ਜਦੋਂ ਅਸੀਂ ਸਭ ਕੁਝ ਛੱਡ ਕੇ ਪਾਵ ਕੇ ਜਦੋਂ ਸਾਰੇ ਧਰਮ ਇੱਕ ਹੋ ਜਾਣ ਸਾਰੀਆਂ ਜਾਤਾਂ ਪਾਤਾਂ ਇੱਕ ਹੋ ਕੇ ਸਾਰੇ ਖਿੱਤੇ ਦੇ ਲੋਕ ਇੱਕ ਹੋ ਕੇ ਹੰਭਲਾ ਮਾਰਨ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਲੋਕ ਸਾਡੇ ਗੜੀ ਝੁੱਕਣ ਨਾਲ ਝੁੱਕੇ ਬੈਠੇ ਨੇ ਸਿਰਫ ਸ਼ਰਮ ਆਉਂਦੀ ਆ ਵਾਪਸ ਕਾਨੂੰਨ ਲੈਂਦਿਆਂ ਇਸੇ ਸੰਬੰਧ ਵਿੱਚ ਇੱਕ ਮੈਂ ਸੰਕੇਪ ਜੀ ਕਵਿਤਾ ਲਿਖੀ ਹੈ ਉਹ ਬੋਲ ਕੇ ਇਸ ਤੋਂ ਬਾਅਦ ਮਾਫ਼ੀ ਚਾਹਾਂਗਾ ਵੈਸੇ ਤੁਸੀਂ ਜਿੱਤੇ ਹੋਏ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਜਜ਼ਬਾ ਲੈ ਕੇ ਜਾਓ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਸੋ ਮੈਂ ਕਵਿਤਾ ਲਿਖ ਬੋਲਣੀ ਚਾਹਾਂਗਾ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਹਿੰਦੂ ਮੁਸਲਿਮ ਸਿੱਖ ਈਸਾਈ ਰਲ ਮਿਲ ਸਭ ਗਲਵੱਕੜੀ ਪਾਈ ਆਖਣ ਅਸੀਂ ਹਾਂ ਭਾਈ ਭਾਈ ਇਕੱਠੇ ਖਾਵਣ ਇਕੱਠੇ ਬੈਠਣ ਘਟੀਆ ਸਿਆਸਤ ਦਾ ਕੰਮ ਸਮੇਟਿਆ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਮਜ਼ਦੂਰ ਕਿਸਾਨ 'ਤੇ ਆਏ ਨੇ ਕਿਰਤੀ ਛੋਟੇ ਵਪਾਰੀ ਦੁਕਾਨਦਾਰੀ 'ਤੇ ਆੜਤੀ ਨਿਰਾਸ਼ ਵੇਖ ਵਕੀਲ ਡਾਕਟਰ ਕੁਰਲਾ ਉੱਠੀ ਧਰਤੀ ਵਿਦਵਾਨ ਚਿੰਤਕ ਕਰਨ ਸਮੀਖਿਆ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਐਕਟਰ ਡਾਇਰੈਕਟਰ ਅਤੇ ਖਿਡਾਰੀ ਗਾਇਕ ਕਮੇਡੀਅਨ ਅਤੇ ਲਿਖਾਰੀ ਕਥਾਕਾਰ ਰਾਗੀ ਢਾਡੀ ਪਏ ਵਿਚਾਰੀ ਸੂਝਵਾਨ ਭਾਰਤੀ ਆਖਣ ਇਹੋ ਜਿਹਾ ਜ਼ਾਲਮ ਹਾਕਮ ਕਦੀ ਨਹੀਂ ਦੇਖਿਆ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਬਜ਼ੁਰਗ ਮਾਤਾਵਾਂ ਨੌਜਵਾਨ ਬੀਬੀਆਂ ਅਤੇ ਨੰਨੀਆਂ ਬਾਲਕ ਮੈਂ ਪੁੱਛਿਆ ਇੰਨੀ ਠੰਡ ਠੰਡੀਆਂ ਸੜਕਾਂ ਕੌਣ ਦਿੰਦਾ ਢਾਰਸ ਜਵਾਬ ਮਿਲਿਆ ਅਸੀਂ ਹਾਂ ਮਾਂ ਗੁਜਰੀ ਦੀਆਂ ਵਾਰਸ ਬਜ਼ੁਰਗ ਬਾਬੇ ਨੌਜਵਾਨ ਅਤੇ ਬੱਚੇ ਬੜਕਾਂ ਮਾਰਨ ਆਖਣ ਬਾਬਾ ਜੋਰਾ ਸਿੰਘ ਦੇ ਅਤੇ ਫਤਿਹ ਸਿੰਘ ਦਾ ਸਿਰ ਕਰਜ਼ਾ ਆਏ ਕਿਸ਼ਤਾਂ ਤਾਰਨ ਹੱਕ ਮੰਗਦੇ ਹਾਂ ਨਾ ਕਿ ਭੀਖਿਆ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਪੂੰਜੀਪਤੀ ਅਤੇ ਸਿਆਸੀ ਚੋਰਾਂ ਦੀ ਜੁੰਡਲੀ ਭਾਰਤੀ ਸਰਮਾਏ ਨੂੰ ਹੜੱਪਣ ਮਾਰੀ ਸੱਪਾਂ ਕੁੰਡਲੀ ਹੋਸ਼ ਕਰੋ ਅਕਲ ਨੂੰ ਹੱਥ ਮਾਰੋ ਲੋਕ ਜਾਗ ਉੱਠੇ ਨੇ ਇਹ ਉਹ ਹਨ ਜਿਨ੍ਹਾਂ ਅਹਿਮਦ ਸ਼ਾਹ ਵਰਗੇ ਲਾਏ ਗੁੱਠੇ ਤਖਤੋਂ ਤਾਜ ਖੋ ਦੂਰ ਕਰਨ ਭੁਲੇਖਿਆ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਦਿੱਲੀ ਸੜਕਾਂ 'ਤੇ ਰੱਬ ਦੇਖਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨਿਸ਼ਾਵਰ ਸਿੰਘ ਦਾ ਹੁਣ ਤੁਹਾਡੇ ਨਾਲ ਕਵਲ ਨਾਰਾਇਣ ਸਿੰਘ
किसान बुलारा गुरदासपुर तो वो अपने विचार सांझे करनगे। उन्हां तों बाद साडी भैण अरविंदर कौर काकड़ा वो तैयार रहन जी। सत्कारयोग किसान भराओ भैणों, आपां पंज ग्यारह तो इत्थे छब्बी ग्यारह तो आपां इत्थे बैठे हाँ और किसानी संघर्ष के वास्ते जिहड़े कि सेंटर सरकार ने मोदी सरकार ने ये बनाए, लोगों को यह कहा जा रहा है किसानों नूं साड्यां नूं भी आपां तुहाडे बड़े फायदे वास्ते बनाए ने। आपां भली भांत जानदे हां कि ये किन्ने कि साडे फायदे च ने, क्योंकि मैं छोटी जी उदाहरण दिंदा हां कि इन्हां ने पिछे किसान सन्मान निधि योजना जिहड़ी इह बनाई है, कोई लोगों के उदों बन गए 2000 रुपया जिहड़ा चार महीनों तो दिंदा इह, उहदे विच जिहड़े लोग रह गए आ पिछे असीं देखिया राजपुरे गए उत्थे पता किया भी जिहड़े लोग रह गए रहे उहनां दा प्रोसैस की है, क्योंकि पहलां इन्हां ने ऑनलाइन करता इन्हां नूं भी 2000 रुपया लैणा ऑनलाइन अपलाई कर दो। बड़े लोगों ने उदों अपलाई करता, जिहड़े रह गए बाद विच इन्हां ने कहा भी तुसीं फर्दां लाओ, फर्दां दित्तियां। इस तों बाद हुण इन्हां ने कहा भी नहीं, तुसीं जिहड़ा कोआपरेटिव अदारे वल्लों सोसाइटियां चों जा के इहनूं अपलाई करो, अपलाई करन तों बाद जिहड़ा तुहाडा खेतीबाड़ी ऑफिस जिहड़ा है खेतीबाड़ी दफ्तर उहनां राहीं रिकमेंडेशन आएगी ते देखणगे तुहाडी जमीन, पड़ताल करनगे वाकई तुहाडे कोल जमीन है कि नहीं। ये पिछे जून 2020 दे विच इक चिट्ठी आई सी, उहदे विच उहनां ने मंगिया ते लोकां ने कुछ अपलाई किया, जिहड़े लोग रह गए अज भी लोग जिहड़े दफ्तरां दे गेड़े लाई जांदे ने उस तों बाद वो दिते नहीं गए किसी नूं, इत्थों तक कि उहनां दी एप्लीकेशन भी नहीं लई गई ऑनलाइन की बजाय मुड़ के गेड़े ला ला के आपां नूं किसी नूं वो जिहड़ी इहनां ने दित्ती है किसान निधि सन्मान योजना उहदे विच आपां नूं कोई पैसा नहीं मिलता। इस तरह खज्जल खुआरी कर रहे ने, इस तरह ही जिहड़ा इह कह रहे ने हुण भी तुहानूं बड़े फायदे च इह कानून। आपां वेखदे हां कि जिहड़े इह कानून ने, क्योंकि एक खेती सैक्टर एक इहो जिहा रह गया, आपां सारे किसान बैठे हाँ, असी भावें जिन्नी मर्जी मेहनत की, आपां मेहनत करन तों बाद अपने बच्चों नूं अपने नालों ज़्यादा योगदान पा के उहनां नूं पढ़ाया लिखाया, कोई IAS अफसर बनिया, कोई PCS बनिया, जां जज, ईवन दैन वकील, वकील डॉक्टर, ये तो आम ही ना मतलब ये बने। और इन्हां ने कारपोरेटा ने यह देखिया कि यह अदारा है जिहड़े कि टैक्स भी नहीं दिंदे, कही जांदे ने टैक्स नहीं दिंदे भी टैक्स पे ही तो हो रहे कोई, ये टैक्स नहीं देंगे। इस करके जिहड़ा इन्हां नूं बड़ी बचत है, ये नहीं वेखदे किसानां नूं बचदा कख नहीं, वह अपना पेट कट के अपने फ्यूचर वास्ते बच्चों वास्ते कम करने आ, पर सरकार जिहड़ा इन्हां दे मतलब पिछे पई है। और कारपोरेट घराणियां नूं जिथे बाकी अदारे वेचे जा रहे हैं उस तरह खेतीबाड़ी भी जिहड़ा साडे तों खो के, और सानूं इह कहा जा रहा कि तुहाडी आमदन दुगनी हो जाएगी, आमदन वधाउण वास्ते कीता जा रहा है, तो एक सानू यह तरीका नहीं दस्या कि आमदन वधन का किवें वधेगी साडी, कदे सानू इहदा सवाल कढ के सिद्ध करके नहीं दस्या भी तुहानू आ देखो तुहाडे इस ढंग दे नाल तुहाडी आमदन वधेगी, कदे सानू वह तो नहीं पढ़ाया। पर जरूर जबानी गुलामी, क्योंकि लारियां दी सरकार ये जद दा प्रधानमंत्री बनिया है, इन्हें सवाए लारियां तो सवाए गल्लां तो साडे पल्ले कख नहीं पाया, और ये लारियां करके ही आपां उदों वोटां पा के इहनूं बनाया भी है। और बनन तो बाद चाह वेचण नाल जदों इत्थे प्रधानमंत्री बन गया, क्योंकि वह औकात दे हिसाब से जिथे है सी वह उत्थे ही जाना चाहिए सी, पर जिथे आपां पहुँचाता वो लायक नहीं सी। आपां नूं जिहड़ा ये आपां उत्थे लियांदा, क्योंकि जिहड़े कोई सियाणे लोग सी, सूझवान सी, वह पहलां ही समझदे सी भी ये जिहड़ी BJP है बड़ी घातक सरकार होएगी, क्योंकि इहने फिरकू वड्डा पाणियां ने, इन्हां ने बड़े लोगों को नुकसान करना है फिरकू लीहां ते जा के। उस ढंग दे नाल अज चंगी गल ए आ भी सानू सारे लोगों जिन्हां ने इन्हां नूं वंडिया
फिरकूवाद दे कदे मुसलमाना दा कदे होर सिखा दा कदे होर किसी दा जिहड़े सानू इन्हां ते कीता सी पर अज ओह नौबत आ गई इहदियां ही जिहड़ियां लीआं पाईआं सी उहने सानू एकता देती आपां इकट्ठे हो के आपां सिर्फ एक मजदूर और किसान आपां मजदूर और किसान इकट्ठे हो के आम लोग क्योंकि किसान कल्ला नहीं मर रहा इहदे वास्ते जिहड़ा खरीददार है वह भी मरेगा जिहड़ी कारपोरेट जिहड़ी करदा आपां वेख रहे हां जदों कोई चीज़ कारपोरेट सरमाएदार की आती है तो वह टी वी पर बड़ा प्रचार करी जाते हैं भी आह चीज़ वधिया है भावें वह रिजल्ट जीरो होए पर उन्हें इन्ना प्रचार किया जा रहा उन्हें जीरो तो हीरो बना देते हैं तो जदों साड़ी भी फसल इन्होंने लेके जानी है और इन्होंने भी यदा जरा ब्रांडड चीज़ा बनाएंगे भी आह जरा शूगरलैस है कणक ये चौल शूगरलैस है ये जी आड़े कोई रसायनिक खाद नहीं पाई गई ये इस तरह के प्रचार करके सानू जिहड़ा यही अनाज जिहड़ा आपां किसान तो सीधे तौर पर वध तो वध 20-25 रुपये किलो तक सानू आटा मिल जाता है 25-30 किलो रुपए तक आपां चौल मिल जाते हैं ये जिहड़े वधदे वधदे तुहानू जिहड़ा सौ सैकड़े तक भी जा सकदा रेट आपां नू काफ़ी लुट होएगी आपां नू मारिया जा रहा है और सरकार दीआं जिहड़ीआं नीतियां ने असी जिहड़ी सलमान योजना है दी किसान सम्मान योजना जदों वह नहीं लागू कर रहा इस तरह ही आप ला रहा रखेगा आप अवेयर हाँ और चंगी गल सारा हिंदुस्तान ही नहीं सगो सारे आल आल इंडिया आल वर्ल्ड के जी अपनी मुहिम की चर्चा हो रही है आप ताकतों तो जोड़ा पिछे 26-1 जड़ा होया है उस तो भी सुचेत हो के यहोजी घटना ना वापरे उन्हों तो अवेयर होइए इन्हों चीज़ों तो अवेयर हो के आपसी एकता रखीए और पिंडों जोड़े लोग असं रह रहे हैं क्योंकि इन्होंने आप जे इत बैठे हाँ चंकी गल आप बैठे हाँ पर ये आप पिंडों जोड़े लोग रह गए ने उन्होंने भी लियाइए ये जिन्ना आप इतने गैदरिंग करा जिन्हें लोग ज़्यादा आएंगे उन्नी जल्दी मसला हल होएगा कि आप ना भुल जाइए भी असं इतने बैठे हाँ जल्दी मन जाएगा क्योंकि बड़ा जिद्दल है जेडे भी इन्हें समझौते किए ने भावें स्टूडेंट दबाया भावें मुसलमान जातियां का करके उन्होंने शहीन बाग के जनानियां बैठिया रही बेचारिया साडिया भैन तो वह बैठिया रही उन्होंने भी अखीर आ गया मुड़ के करोना का रौला पाता अज भी उही हालत दी आपां नूं इह कुटेगा और ये करेगा पर आपां दी जिहड़ी ताकत है आपां जिन्ने ज़्यादा आवांगे और इहदी हिम्मत नहीं पैगी आपां नूं उस पासे जाके आपां बगैर किसी जातिवाद तो होके होर किसी तो लैके जिवें आपां एकता बनाईए आपां किसान और मजदूर आम इंसान आपां एक कुदरत ने पैदा किया किसी का धर्म दे के उत्थों नहीं भेजा धर्म सानू जदों असीं जमने आ जिहड़े परिवार जम गया वह धर्म साडा आ जांदा है आपां इन्हां तों उपर उठ के आपां एक इंसान बन के तुरीए ते तां ही साडा भला होएगा मैं अंत दे विच तुहाडा सारिआं दा धन्नवाद करना और आस करना कि आपां इस तरह अपनी ताकत नूं बना के रखांगे और वादा करांगे जिहड़ा पिछे थोड़ा जिहा आपां नूं धक्का लगा आपां उहनूं फिर उस तरह लीहां ते आ गया काफ़ी लोग आ रहे हैं इस तों होर आपां वधिया करिए तां ही अपनी जित होएगी इहदे नाल ही मैं तुहाडा सारिआं दा धन्नवाद करना वाहिगुरू जी का खालसा वाहिगुरू जी की फतेह बहुत बहुत धन्यवाद वीर जी का हुण आपां सारे जिन्हें भी वीर भैणां पंडाल विच बैठे हाँ जां जिथों तक भी आवाज़ जांदी आ स्टेज ते विराजमान प्रधानगी मंडल एक जरूरी सूचना है कि अज दे दिन पुलवामा दे जिहड़े फौजी शहीद होए सन उहनां नूं याद करदे होए ते हुण तक जिहड़े 230 किसान मजदूर इस अंदोलन दे विच शहीद हो चुके ने उन्हां नूं श्रद्धांजलि भेंट करनी आ और आपां सारे एक मिनट का मौन धार के अपनी अपनी जगह ते उठ के खलो जाना ते इस तरह एक मिनट बाद आपां अपनी अपनी थां लै लेनी आ अनुशासन बनाई रखना जी
धन्यवाद जी। पुलवामा दे शहीद अमर रहन, संयुक्त मोर्चे दे शहीद अमर रहन, किसान मजदूर एकता जिंदाबाद, किसान मजदूर एकता जिंदाबाद, लोक एकता जिंदाबाद, हकां लई लड़न वाले लोगों का एका जिंदाबाद। बैठ जाओ जी, धन्यवाद। अज का जिहड़ा दिहाड़ा संयुक्त मोर्चे वालों चुनिया गया, उहदे विच पुलवामा के शहीदां अते संयुक्त मोर्चे के जिहड़े शहीद आ उहनां नूं शाम नूं पूरे भारत अंदर 7 to 8 बजे तक कैंडल मार्च आ वह किया जाना वा। मेरी बेनती आ कि अज शाम नूं आपां सारे मुड़ इस पंडाल दे विच 7 to 8 बजे तक हाजिर होना, तां जो कि संयुक्त मोर्चे दे सुभाई आगू अपने तुहाडे सब नाल मोर्चे दे अंदर पिछली रिपोर्ट हुण दी रिपोर्ट ते शहीदां प्रति जिहड़े आ उह जिहड़े शब्द कहणगे ते तुहाडे रूबरू होणगे। इस करके मेरी बेनती आ कि शाम नूं आपां इत्थे कैंडल मार्च दे विच शामिल होना, इत्थे आ के उह कैंडल इत्थे स्टेज ते आपां जिहड़े अपने आगू इत्थे मौजूद होणगे, किसान मौजूद आ, भैणां बच्चे उहनां नूं आपां इत्थे कैंडल वंडांगे ते इहदे विच आपां शामिल होना। इस करके शाम वाला जिहड़ा प्रोग्राम आ 7 to 8 वाला उहदे विच आपां मुड़ इत्थे इकट्ठे होना। इन्हां बेनतियां नाल वाहिगुरू जी का खालसा वाहिगुरू जी की फतेह। धन्यवाद जी समूह संगतां दा। हुण अपने कोल भैन जी अरविंदर कौर काकड़ा वह आए ने, वह 5 मिनट वास्ते अपने विचार रखेंगे, उन्होंने बाद कंवल नारायण सिंह गुरदासपुर वह तैयार रहन जी।